ਰਜਿੰਦਰ ਜੀ ਦੀ ਆਪਣਾ ਆਜ਼ਾਦੀ ਦੇ ਦਿਹਾੜੇ ਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡਾ 15 ਅਗਸਤ ਆ ਰਿਹਾ ਜੀ। 15 ਅਗਸਤ ਵਾਲੇ ਦਿਨ ਦੇਸ਼ ਆਜ਼ਾਦ ਹੋਇਆ ਸੀਗਾ ਸਾਡਾ, ਔਰ ਮੈਂ ਚਾਹੁੰਦਾ ਕਿ ਸਾਰੇ ਦੇਸ਼ ਵਾਸੀ, ਇਲਾਕਾ ਵਾਸੀ, ਮੁਹੱਲਾ ਵਾਸੀ, ਸਾਰੇ ਲੁਧਿਆਣੇ ਦੀ ਜਨਤਾ, ਸਾਰੇ ਹੀ ਪਰਿਵਾਰ, ਜਿੰਨੇ ਵੀ ਪਰਿਵਾਰ ਰਹਿੰਦੇ ਆ, ਸਾਰੇ ਦੇਸ਼ ਵਿੱਚ ਰਹਿੰਦੇ ਆ, ਖੁਸ਼ੀਆਂ ਮਨਾਉਣ ਔਰ ਕਰਜ਼ਿਆਂ ਤੋਂ ਮੁਕਤ ਹੋਣ, ਦੁੱਖਾਂ ਦਰਦਾਂ ਤੋਂ ਮੁਕਤ ਹੋਣ, ਬਿਜਲੀ ਪਾਣੀ ਤੋਂ ਮੁਕਤ ਹੋਣ, ਸਾਰੇ ਮਤਲਬ ਸਾਰੇ ਜਿੰਨੇ ਵੀ ਜਨਤਾ ਹੈਗੀ ਹੈ, ਸਾਰੀ ਬੰਦੀ ਖੁਸ਼ਹਾਲ ਰਹੇ। ਮੈਂ ਸਾਰੇ ਦੇਸ਼ ਵਾਸੀਆਂ ਨੂੰ, ਇਲਾਕਾ ਵਾਸੀਆਂ ਨੂੰ ਔਰ ਦੱਖਣੀ ਦੀ ਜਨਤਾ ਨੂੰ ਖਾਸ ਕਰਕੇ ਮੈਂ ਲੱਖ ਲੱਖ ਮੁਬਾਰਕਾਂ ਦਿੰਦਾ 15 ਅਗਸਤ ਦੀਆਂ। ਉਹਨਾਂ ਦੀਆਂ ਸਿਹਤ ਦੀਆਂ, ਉਹਨਾਂ ਦੇ ਕੰਮਾਂ ਕਾਰਾਂ ਦੀਆਂ ਸ਼ੁਭਕਾਮਨਾਵਾਂ ਦਿੰਦਾ।